ਚਾਹੇ ਅਫੀਮ ਖਾਂਦਾ ਭੁੱਖੀ ਖਾਂਦਾ ਸਮੈ ਖਾਂਦਾ ਬੇਟਾ ਉਹ ਜ਼ਿੰਦਗੀ ਦੇ ਵਿੱਚ ਪੁੱਤਰ ਕਦੇ ਵਾਸਤੇ ਵੀ ਦੁਬਾਰਾ ਉਹਨੂੰ ਲੋੜ ਨਹੀਂ ਪੈਂਦੀ ਜਾਂ ਮਤਲਬ ਕਿ ਨਸ ਛੱਡਣ ਵੇਲੇ ਤੋੜ ਲੱਗਦੀ ਆ ਉਹ ਮਤਲਬ ਕਿ ਸਾਰਾ ਕੁਝ ਕਿਵੇਂ ਹੁੰਦਾ ਜੀ ਬੇਟਾ ਕਿਸੇ ਕਿਸਮ ਦਾ ਵੀ ਜਿੰਨੀ ਮਰਜ਼ੀ ਡੋਜ਼ ਲੈਂਦਾ ਇਨਸਾਨ ਜਿਹੜੇ ਮਰਜ਼ੀ ਨਸ਼ੇ ਦੀ ਡੋਜ਼ ਲੈਂਦਾ ਜਿੰਨੀ ਮਰਜ਼ੀ ਲੈਂਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਜੀ ਵੀ ਤੋੜਨਾ ਉਹਨਾਂ ਦਾ ਕੋਈ ਚੀਜ਼ ਹੀ ਨਹੀਂ ਜੀ ਉਹਨੂੰ ਪਤਾ ਵੀ ਨਹੀਂ ਲੱਗਦਾ ਜਾਂ ਬਹੁਤ ਕਾਰੋਬਾਰਾਂ ਦੇ ਵਿੱਚ ਵਾਧਾ ਨਹੀਂ ਹੁੰਦਾ ਜਾਂ ਪਰਿਵਾਰ ਦੇ ਵਿੱਚ ਬੁੜੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਬ੍ਰੇਨ ਦੀਆਂ ਨਸਾਂ ਜਾਂ ਨਸ਼ੇ ਵਾਲੇ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਜਾਂ ਢੂਹੀ ਤੋਂ ਉੱਠਿਆ ਨਹੀਂ ਜਾਂਦਾ ਬੇਟਾ ਵੀ ਐਨਰਜੀ ਨਹੀਂ ਰਹਿੰਦੀ ਸਰੀਰ ਦੇ ਵਿੱਚ ਇੱਕ ਵਾਰ ਸਾਨੂੰ ਆ ਕੇ ਬਹੁਤ ਮਿਲੇ ਸਾਰੀਆਂ ਚੀਜ਼ਾਂ ਦਾ ਹੱਲ ਹੈ ਬਿਲਕੁਲ ਬੇਟਾ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁੱਖ ਜੋਲ ਅਤੇ ਲਵ ਯੂ ਪੰਜਾਬੀ ਵੀਰੋ ਅੱਜ ਆਪਾਂ ਆਏ ਸੀਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤੁਸੀਂ ਜਾਣਦੇ ਹੋਵੋਗੇ ਅੰਕਲ ਨੂੰ ਅਤੇ ਅੰਕਲ ਜੀ ਹੁਣੀ ਮਤਲਬ ਕਿ ਆਪਾਂ ਪਹਿਲਾਂ ਵੀ ਵੀਡੀਓ ਸ਼ੇਅਰ ਕੀਤੀਆਂ ਨੇਗੀਆਂ ਵੀ ਮੈਡੀਸਨ ਦਿੰਦੇ ਨੇ ਜਿਵੇਂ ਕਿ ਭਸਮਾਂ ਦਿੰਦੇ ਨੇਗੇ ਵੀ ਜਿਹੜੇ ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੈਗਾ ਹੈ ਨਾ ਅਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਹੋਵੇ ਚਿੱਟਾ ਅਫੀਮ ਜਾਂ ਕਿਸੇ ਨੂੰ ਮੈਂਟਲੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਦਿਮਾਗ ਨੂੰ ਆਪਣੇ ਨੂੰ ਉਹ ਚੀਜ਼ਾਂ ਦੀ ਲੋੜ ਹੁੰਦੀ ਹੈ ਵੀ ਉਹ ਚੀਜ਼ਾਂ ਸਾਰੇ ਤਰ੍ਹਾਂ ਦੀਆਂ ਭਸਮ ਅੰਕਲ ਬਣਾਉਣ ਦਿੰਦੇ ਬਾਕੀ ਜਿਹੜੀਆਂ ਵਿਸਤਾਰ ਚੀਜ਼ਾਂ ਨੇ ਉਹ ਤੁਹਾਨੂੰ ਅੰਕਲ ਦੱਸਣਗੇ ਵੀ ਕੀ ਸਿਸਟਮ ਪਰ ਬੇਟਾ ਦੁਬਾਰਾ ਜ਼ਿੰਦਗੀ ਦੇ ਵਿੱਚ ਇੱਕ ਵਾਰ ਦਵਾਈ ਲੈਣੀ ਹੈ ਇੱਕ ਮਹੀਨੇ ਦਾ ਕੋਰਸ ਹੈ ਫਿਰ ਦੁਬਾਰਾ ਬੇਟਾ ਲੋੜ ਨਹੀਂ ਪੈਂਦੀ ਇਨਸਾਨ ਨੂੰ ਇਹ ਆਪਣਾ ਜੀ ਜੇ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਕਿਸਨ ਕਿਹੜੀ ਆਪਣੇ ਇਹ ਕੱਟੂ ਵਾਲੀਆਂ ਹੈ ਨਾ ਜੀ ਆਪਣਾ ਮੈਰਿਜ ਪੈਲਸ ਆਪਣਾ ਹਾਂਜੀ ਹਾਂਜੀ ਮਤਲਬ ਕਿ ਦਵਾਈ ਦਿੰਦੇ ਹੈਗੇ ਸਾਡਾ ਪਿੰਡ ਕੱਟੂ ਵਾਲੀਆਂ ਜੀ ਦਿਓਨ ਮੈਰਿਜ ਪੈਲਸ ਦੇ ਵਿੱਚ ਅਸੀਂ ਦਵਾਈ ਦਿੰਦੇ ਹਾਂ ਜੀ ਸਾਡਾ ਮਿਲਣ ਦਾ ਸਮਾਂ ਸਵੇਰੇ 4 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਹੈ